ਕੁਲਬੀਰ ਵੱਡੇ ਸਰੋਂ ਦੀ ਕਹਾਣੀ ਤੂੰ ਦੁਨੀਆ ਇੰਨੀ ਖੂਬਸੂਰਤ ਵੀ ਹੋ ਸਕਦੀ ਐ ਇੰਨੀ ਪਿਆਰੀ ਤੇ ਦਿਲਕਸ਼ ਇਹ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਸੀ ਖਾਸ ਕਰਕੇ ਇਹ ਸ਼ੇਰ ਵੀ ਮੈਨੂੰ ਇੰਨਾ ਚੰਗਾ ਲੱਗਣ ਲੱਗ ਪਿਆ ਸੀ ਜਿਨੇ ਮੈਨੂੰ ਹੁਣ ਤੱਕ ਸਿਵਾਏ ਹਾਰ ਮਾਇੂਸੀ ਤੇ ਜਿੱਲਤ ਤੋਂ ਬਿਨਾ ਕੁਝ ਨਹੀਂ ਦਿੱਤਾ ਸੀ ਸ਼ਹਿਰ ਦਾ ਉਹ ਸਸਤਾ ਬੜਾ ਸੜੀਅਲ ਜਿਹਾ ਕੋਨਾ ਜਿੱਥੇ ਮੈਂ ਰਹਿੰਦਾ ਸੀ ਜਿੱਥੇ ਮਨਮਨ ਕੂੜੇ ਦੇ ਢੇਰ ਹਰ ਪਾਸੇ ਲੱਗੇ ਰਹਿੰਦੇ ਸਨ ਮੈਨੂੰ ਬੁਰੇ ਲੱਗਣੋਂ ਹਟ ਗਏ ਉਹ ਕੱਚੇ ਤੇ ਪੱਕੇ ਰਾਹ ਜਿੱਥੇ ਬਰਸਾਤ ਦੇ ਦਿਨਾਂ 'ਚ ਗੁੱਡੇ-ਗੁੱਡੇ ਚਿੱਕੜ ਤੇ ਪਾਣੀ 'ਚ ਕੂੜਾ ਰਲ ਕੇ ਉਹ ਕੋਝੇ ਦ੍ਰਿਸ਼ ਪੇਸ਼ ਕਰਦੇ ਸਨ ਪੁੱਛੋ ਹੀ ਨਾ ਉਹਨਾਂ ਬਦਬੂਦਾਰ ਤੇ ਬਦਨੁਮਾ ਰਾਹਾਂ ਤੇ ਚੱਲ ਕੇ ਹੁਣ ਮੇਰਾ ਮਨ ਕ੍ਰਿਜਣੋਂ ਹਟ ਗਿਆ ਸੀ ਕਿਉਂਕਿ ਰਾਹਾਂ ਤੇ ਚਲਦਿਆਂ ਮੈਂ ਰਾਹਾਂ ਬਾਰੇ ਨਹੀਂ ਤੇਰੇ ਬਾਰੇ ਸੋਚਦਾ ਰਹਿੰਦਾ ਸੀ ਇਸ ਗੱਲ ਤੇ ਕਿ ਇਸ ਕ੍ਰਿਸ਼ਮੇ ਤੇ ਹੈਰਾਨ ਸਾਂ ਕਿ ਕੋਈ ਹਰ ਪਲ ਹਰ ਸਾ ਨਾਲ ਸਿਰਫ ਇੱਕੋ ਬੰਦੇ ਬਾਰੇ ਸੋਚ ਸਕਦਾ ਹੈ ਇਥੋਂ ਤੱਕ ਕਿ ਜੇ ਕਿਸੇ ਹੋਰ ਨਾਲ ਵੀ ਗੱਲ ਕਰ ਰਿਹਾ ਹੋਵੇ ਕਿਸੇ ਹੋਰ ਬਾਰੇ ਵੀ ਸੋਚ ਰਿਹਾ ਹੋਵੇ ਤਾਂ ਵੀ ਉਹ ਇੱਕ ਬੰਦੇ ਬਾਰੇ ਵੀ ਜ਼ਰੂਰ ਸੋਚ ਰਿਹਾ ਹੋਵੇ ਜਿਸ ਬਾਰੇ ਹਰ ਪਲ ਸੋਚਦਾ ਰਿਹਾ ਹੈ ਜਿਵੇਂ ਕਿਸੇ ਇੱਕ ਦਾ ਕਿਸੇ ਜਗ੍ਹਾ ਪੱਕਾ ਟਿਕਾਣਾ ਹੋਵੇ ਤੇ ਬਾਕੀ ਆਉਂਦੇ ਜਾਂਦੇ ਚਲੇ ਜਾਂਦੇ ਹੋਣ ਮੈਂ ਇਸ ਅਹਿਸਾਸ ਬਾਰੇ ਪੜ੍ਹਿਆ ਸੀ ਸੁਣਿਆ ਸੀ ਪਰ ਆਪਣੇ ਜਿਸਮ ਆਪਣੇ ਦਿlo ਦਿਮਾਗ ਤੇ ਮਹਿਸੂਸ ਪਹਿਲੀ ਵਾਰ ਕੀਤਾ ਸੀ ਕਿ ਕਿਸੇ ਨੂੰ ਕੋਈ ਇੰਨਾ ਚੰਗਾ ਵੀ ਲੱਗਣ ਲੱਗ ਪੈਂਦਾ ਹੈ ਇੰਨਾ ਚੰਗਾ ਕਿ ਉਸ ਕਰਕੇ ਹੋਰ ਸਭ ਕੁਝ ਚੰਗਾ ਲੱਗਣ ਲੱਗ ਪਵੇ ਉਹ ਕੁਝ ਵੀ ਜੋ ਅਸਲ ਚ ਚੰਗਾ ਨਹੀਂ ਜਿਵੇਂ تنਹਾਈ ਨਿਰਾਸ਼ਾ ਉਦਾਸੀ ਲਾਚਾਰੀ ਤੇ ਇਹੋ ਜਿਹੀਆਂ ਹੋਰ ਮਾਰੂ ਸਥਿਤੀਆਂ ਜਿਵੇਂ ਬੇਕਦਰੀ ਜਈ ਬੇਇੱਜ਼ਤੀ ਜਈ ਗਰੀਬੀ ਜਈ ਵੀ ਇਹੋ ਜਿਹੀਆਂ ਘੜੀਆਂ ਚੋਂ ਤਾਂ ਗੁਜ਼ਰਦਾ ਰਿਹਾ ਹਾਂ ਮੈਂ বারবার ਇਸ ਨਗਰੀ ਚ ਬੰਬਈ ਨਗਰੀ ਚ ਜੋ ਰੰਗਾਂ ਦੀਆਂ ਤੇ ਬਦਰੰਗਾਂ ਦੀ ਨਗਰੀ ਹੈ ਜਿਹਦੀ ਖੂਬਸੂਰਤੀ ਤੇ ਬਦਸੂਰਤੀ ਤੇ ਬਦਸੂਰਤੀ ਚ ਖੂਬਸੂਰਤੀ ਲੁਕੀ ਹੋਈ ਹੈ ਭਾਂਤ ਭਾਂ ਦੀਆਂ ਜਾਤਾਂ ਦੇ ਲੋਕਾਂ ਦੇ ਸੰਕੜੇ ਧੜਕਦੇ ਦਿਲਾਂ ਦੀ ਨਗਰੀ ਜੋ ਵਿਸ਼ਾਲ ਫੈਲੀ ਹੋਈ ਹੈ ਪਰ ਲੰਬੇ ਚੌੜੇ ਵਜੂਦ ਦੇ ਬਾਵਜੂਦ ਸੰਗ ਦੇ ਲੈ ਤੇ ਬੇਰਹਿਮ ਹੈ ਪਤਾ ਨਹੀਂ ਲੋਕ ਇਹਨੂੰ ਨਗਰੀ ਕਿਉਂ ਆਖਦੇ ਹਨ ਨਗਰੀ ਤੁ ਲੱਗਦਾ ਜਿਵੇਂ ਕਿਸੇ ਛੋਟੀ ਜੀ ਸੁਰਾਹੀ ਦੀ ਗੱਲ ਕਰ ਰਹੇ ਹੋਈਏ ਜਦੋਂ ਕਿ ਇਹ ਦਿਓ ਕਦ ਵਾਂਗ ਲੰਬਾ ਚੌੜਾ ਸ਼ਹਿਰ ਹੈ ਮਹਾਨਗਰ ਸਮੁੰਦਰ ਵਰਗਾ ਚੌੜਾ ਵਿਸ਼ਾਲ ਤੇ ਗਹਿਰਾ ਜਿਸ ਜਿਹਨੂੰ ਤੈਰਨਾ ਆਉਂਦਾ ਉਹ ਪਾਰ ਜੋ ਅਨਾੜੀ ਉਹ ਡੁੱਬ ਜਾਏ ਤੇ ਜੋ ਥੋੜਾ ਜਿਹਾ ਤੈਰਨਾ ਜਾਣਦਾ ਹੋਵੇ ਤੇ ਥੋੜਾ ਜਿਹਾ ਨਾੜੀ ਹੋਵੇ ਉਹ ਸਮੁੰਦਰ ਦੇ ਕੰਢੇ ਬੈਠ ਕੇ ਮੱਛੀਆਂ ਫੜੀ ਜਾਵੇ ਕਦੋਂ ਮੱਛੀ ਜਾਲ ਚ ਫਸਦੀ ਹੈ ਇੰਤਜ਼ਾਰ ਕਰਦਾ ਰਵੇ ਕਦੀ ਨਿਰਾਸ਼ ਕਦੀ ਖੁਸ਼ ਨਾ ਆਰ ਨਾ ਪਾਰ ਤੁਸੀਂ ਕਿਸੇ ਇੱਕ प्रांत ਰਹਿੰਦੇ ਹੋ ਇੱਕ ਬੋਲੀ ਦੇ ਜ਼ਿਆਦਾ ਨੇੜੇ ਹੋਗੇ ਤੇ ਇੱਕ ਖਾਸ نسل ਦੇ ਲੋਕਾਂ ਨੂੰ ਵੇਖਣ ਦੀ ਆਦੀ ਹੋ ਜਾਓਗੇ ਪਰੇਸ਼ ਸ਼ਹਿਰ ਚ ਇਨੀਆਂ ਬੋਲੀਆਂ ਸੁਣੋਗੇ ਇੰਨੀ ਤਰ੍ਹਾਂ ਦੇ ਲੋਕ ਵੇਖੋਗੇ ਕਿ ਇੱਕ ਵਾਰ ਨਹੀਂ ਕਈ ਵਾਰ ਆਪਣੇ ਆਪ ਨੂੰ ਗਵਾਚੇ ਹੋਏ ਮਹਿਸੂਸ ਕਰੋਗੇ ਮੈਂ ਵੀ ਗਵਾਚਿਆ ਹੋਇਆ ਸੀ ਲੋਕਾਂ ਦੀ ਭੀੜ 'ਚ ਬਿਲਡਿੰਗਾਂ ਦੇ ਜੰਗਲ 'ਚ ਤੇ ਰੋਜ਼ਗਾਰ ਦੀ ਤਲਾਸ਼ 'ਚ ਕਿ ਤੂੰ ਮਿਲ ਗਈ। ਐਵੇਂ ਜਿਵੇਂ ਚਾਨਣ ਦੀ ਛਿੱਟ ਮਿਲ ਜਾਂਦੀ ਹੈ। ਹਨੇਰੀ ਖੌਫਨਾਕ ਗੁਫਾ 'ਚ ਤੇ ਗਵਾਚੇ ਹੋਏ ਮੁਸਾਫਰ ਨੂੰ ਮੰਜ਼ਿਲ ਦਿਸਣ ਲੱਗਦੀ ਹੈ। ਉਹ ਦਿਨ ਉਹ ਕੜੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਬੰਬਈ ਦਾ ਹਮੇਸ਼ਾ ਬਿਜ਼ੀ ਰਹਿਣ ਵਾਲਾ ਸਟੂਡੀਓ ਤੇ ਸਟੂਡੀਓ ਦੇ ਅੰਦਰ ਲੱਗੇ ਬ੍ਰੇਕ ਦਾ ਟਾਈਮ ਸੀ ਯਾਨੀ ਲੋਡਾ ਵੇਲਾ। ਸਪੌਟ ਬॉयਜ਼ ਕਾਸਟਿੰਗ ਡਾਇਰੈਕਟਰ ਅਸਿਸਟੈਂਟ ਤੇ ਜੂਨੀਅਰ ਆਰਟਿਸਟ ਸਭ ਇੱਧਰ ਉੱਧਰ ਫੈਲੇ ਹੋਏ ਸਨ ਕੋਈ ਬੀੜੀ ਸਿਗਰਟ ਫੂਕ ਰਿਹਾ ਸੀ ਕੋਈ ਗੱਪਾਂ ਮਾਰ ਰਿਹਾ ਸੀ ਕੋਈ ਚਾਹ ਪੀ ਰਿਹਾ ਸੀ ਕੋਈ ਪਾਚ ਬਾਰ ਰਿਹਾ ਸੀ ਮੈਂ ਉਸ ਭੀੜ ਭੜਕ ਕੇ ਚ ਆਵਾਜ਼ਾਰ ਕੋ ਮਰਿਆ ਸਾਂ ਤੇ ਉਹ ਢੀ ਕਰਿਆ ਸਨ ਜੇ ਸਟੂਡੀਓ ਚ ਸ਼ੂਟ ਹੋ ਰਿਹਾ ਹੈ ਮੈਗਾ ਸੀਰੀਅਲ ਦੇ ਹੀਰੋ ਨੂੰ ਕਿਉਂਕਿ ਮੈਨੂੰ ਪਤਾ ਲੱਗਾ ਸੀ ਕਿ ਉਹ ਵੀ ਉਸੇ ਪ੍ਰਾਂਤ ਦਾ ਰਹਿਣ ਵਾਲਾ ਸੀ ਜਿੱਥੋਂ ਮੈਂ ਆਇਆ ਸਾਂ ਬੰਬਈ ਚ ਆਰਟਿਸਟ ਬਣਨ ਵੱਡਾ ਆਰਟਿਸਟ ਜੋ ਬਹੁਤ ਮਸ਼ਹੂਰ ਹੋਵੇ ਤੇ ਅਮੀਰ ਵੀ ਆਖਰ ਜਦ ਮੈਂ ਆਪਣੇ ਪ੍ਰਾਂਤ ਵਿੱਚ ਸਟੇਜ ਤੇ ਟੀਵੀ ਦੀ ਸਕਰੀਨ ਤੇ ਰੇਡੀਓ ਦੇ ਮਾਈਕ ਤੇ ਐਕਟਿੰਗ ਕਰ ਸਕਦਾ ਸਾਂ ਤਾਂ ਬੰਬਈ ਦੀ ਵੱਡੀ ਛੋਟੀ ਸਕਰੀਨ ਤੇ ਕਿਉਂ ਨਹੀਂ ਤੇ ਇਹ ਹੋ ਜੀਆਂ ਹੋਰ 50 ਦਲੀਲਾਂ ਲੈ ਕੇ ਮੈਂ ਵੀ 2 ਸਾਲ ਪਹਿਲਾਂ ਇਸ ਸ਼ਹਿਰ ਚ ਆਵੜਿਆ ਸਾਂ ਤੇ ਸੈਟਲ ਹੋਣ ਲਈ ਰੋਲ ਪਾਉਣ ਲਈ ਹਰ ਦਾ ਪੇਚ ਵਰਤ ਰਿਹਾ ਸਾਂ ਉਦੋਂ ਆਪਣੇ ਪ੍ਰਾਂਤ ਦੇ ਹੀਰੋ ਨੂੰ ਇਸ ਲਈ ਉਡੀਕ ਰਿਆ ਸਾਂ ਕਿ ਉਹ ਡਾਇਰੈਕਟਰ ਨੂੰ ਕਹਿ ਕੇ ਇਸ ਸੀਰੀਅਲ 'ਚ ਮੈਨੂੰ ਰੋਲ ਦਿਵਾ ਦੇਵੇ। ਬਾਰ-ਬਾਰ ਮੇਰੀਆਂ ਨਜ਼ਰਾਂ ਸਟੂਡੀਓ ਦੇ ਮੇਨ ਗੇਟ ਵੱਲ ਉੱਠ ਜਾਂਦੀਆਂ ਸਨ ਕਿ ਕਦੋਂ ਹੀਰੋ ਦੀ ਕਾਰ ਗੇਟ ਦੇ ਅੰਦਰ ਆਉਂਦੀ ਨਜ਼ਰੀ ਪਵੇ। ਪਤਾ ਲੱਗਾ ਉਹਨੇ ਕਾਰ ਲੈ ਲਈ ਐ, ਫਲੈਟ ਲਿਆ ਐ। ਫੋਨ, ਮੋਬਾਈਲ ਫੋਨ ਤੇ ਪੇਜਰ ਵੀ ਉਸ ਕੋਲ ਐ। ਅਚਾਨਕ ਮੈਂ ਵੇਖਿਆ ਤੂੰ ਆ ਰਹੀ ਸੀ। ਅੱਜ ਤੱਕ ਮੈਨੂੰ ਤੇਰੀ ਉਹ ਤੋਰ ਯਾਦ ਐ, ਤੇਰੇ ਸੂਟ ਦਾ ਤੋਤੀਆ ਰੰਗ ਯਾਦ ਹੈ ਹਵਾ ਚ ਲਹਿਰਾਉਂਦੇ ਤੇਰੇ ਵਾਲ ਯਾਦ ਹੈ ਮੋਢੇ ਤੇ ਝੂਲਦਾ ਲੰਮਾ ਥੈਲਾ ਯਾਦ ਹੈ ਲੰਮਾ ਕਲਾਸਿਕ ਜਿਹਾ ਪੂਰੇ ਰੰਗ ਦਾ ਥੈਲਾ ਤੇ ਨਾਲ ਕਾਲਾ ਛੋਟਾ ਪਰਸ ਤੇਰੇ ਬਾਰੇ ਇੰਨਾ ਹੀ ਜਾਣਦਾ ਸਾਂ ਕਿ ਤੂੰ ਵੀ ਮੇਰੇ ਪ੍ਰਾਂਤ ਦੀ ਏ ਤੇ ਆਰਟਿਸਟ ਏ ਤੇ ਇਸ ਸ਼ਹਿਰ ਚ ਨਵੀਂ-ਨਵੀਂ ਆਈ ਏ ਬਸ ਇੱਕ ਦੋ ਵਾਰ ਆਪਣੇ ਪ੍ਰਾਂਤ ਚ ਤੂੰ ਕਿਤੇ ਪਹਿਲਾਂ ਮਿਲੀ ਸੀ ਤੇ ਮੈਨੂੰ ਸ਼ਾਇਦ ਪਹਿਚਾਨਦੀ ਵੀ ਸੀ ਤੂੰ ਮੇਰੇ ਕੋਲੋਂ ਲੰਘਣ ਲੱਗੀ ਮੈਂ ਤੈਨੂੰ ਬੁਲਾ ਲਿਆ ਤੇਰਾ ਨਾਮ ਮੈਨੂੰ ਯਾਦ ਸੀ ਤੂੰ ਮੁੜੀ ਤੇ ਮੇਰੇ ਵੱਲ ਗੌਰ ਨਾਲ ਤੱਕਿਆ ਫਿਰ ਇੱਕ ਮੁਸਕਰਾਟ ਤੇਰੇ ਬੁੱਲਾਂ ਤੇ ਪਹਿਲਾਂ ਤੇਰੀਆਂ ਅੱਖਾਂ ਚ ਆਉਂਦੀ ਐ ਇਹ ਮੈਂ ਉਸ ਦਿਨ ਮਹਿਸੂਸ ਕੀਤਾ ਸੀ ਤੇ ਫਿਰ ਹਰ ਵੇਰ ਜਦ ਵੀ ਬਾਅਦ ਚ ਤੈਨੂੰ ਮੁਸਕਰਾਉਂਦਿਆਂ ਵੇਖਿਆ ਤੋ ਮੈਨੂੰ ਵੇਖ ਕੇ ਆਮ ਲੋਕਾਂ ਵਾਂਗ ਪਲਕੋ ਨਾ ਪਛਾਣਨ ਦਾ ਢੋਂਗ ਨਹੀਂ ਕੀਤਾ ਝੱਟੀ ਰਿਸਪੌਂਸ ਦਿੱਤਾ ਤੇ ਫਿਰ ਦੱਸਿਆ ਕਿ ਤੂੰ ਇੱਥੇ ਇਸ ਸੀਰੀਅਲ ਦੇ ਡਾਇਰੈਕਟਰ ਨੂੰ ਮਿਲਣ ਆਈ ਸੈਂ ਮੈਂ ਆਖਿਆ ਪਹਿਲਾ ਮੈਲੋ ਹੁਣ ਬ੍ਰੇਕ ਹੈ ਉਹ ਵੇਲੇ ਹੈ ਤੂੰ ਸਟੂਡੀਓ ਦਾ ਅੰਦਰਲਾ ਵੱਡਾ ਗੇਟ ਪਾਰ ਕਰਕੇ ਅੰਦਰ ਚਲੀ ਗਈ ਤੇ ਮੈਂ ਦੂਰ ਤੱਕ ਤੈਨੂੰ ਵੇਖਦਾ ਰਿਹਾ ਬਹੁਤ ਹੀ ਆਤਮ ਵਿਸ਼ਵਾਸ ਨਾਲ ਤੂੰ ਦੂਰ ਡਾਇਰੈਕਟਰ ਕੋਲ ਬੈਠੀ ਗੱਲਾਂ ਕਰ ਰਹੀ ਸੀ ਥੈਲੇ 'ਚੋਂ ਤਸਵੀਰਾਂ ਤੇ ਬਾਇਓ ਡਾਟਾ ਕੱਢ ਕੇ ਉਹਨੂੰ ਵਿਖਾ ਰਹੀ ਸੀ ਕੁਛੇਰ ਮਗਰੋਂ ਤੂੰ ਆਪਣਾ ਥੈਲਾ ਮੋਢੇ ਤੇ ਪਾ ਕੇ ਮੁੜ ਪਈ ਸਟੂਡੀਓ 'ਚ ਲੱਗੇ ਵੱਡੇ ਵੱਡੇ ਸੈੱਟ ਤੂੰ ਧਿਆਨ ਨਾਲ ਵੇਖ ਰਹੀ ਸੀ ਅਚਾਨਕ ਫੇਰ ਤੇਰੀ ਨਜ਼ਰ ਮੇਰੀ ਨਜ਼ਰ ਨਾਲ ਟਕਰਾਈ ਫੇਰ ਉਹੀ ਮੁਸਕਰਾਟ ਤੇਰੀਆਂ ਅੱਖਾਂ ਤੇ ਬੁੱਲਾਂ ਤੇ ਫੈਲ ਗਈ ਇੰਨੀ ਆਪਣਤ ਭਰੀ ਮੁਸਕਰਾਟ ਕੇ ਸਟੂਡੀਓ ਦੀ ਗਰਮੀ ਬੇਰੁਖੀ ਤੇ ਉਡੀਕ ਦੀ ਉਕਤਾਹਟ ਤੋਂ ਮੈਨੂੰ ਇੱਕਦਮ ਰਾਹਤ ਜੀ ਮਹਿਸੂਸ ਹੋਈ ਫਿਰ ਤੂੰ ਤੇ ਮੈਂ ਸਟੂਡੀਓ ਦੇ ਬੇहद ਮੈਲੀ ਤੇ ਸ਼ੋਰ ਸ਼ਰਾਬੇ ਵਾਲੀ ਕੈਂਟੀਨ 'ਚ ਬੈਠ ਕੇ ਚਾਹ ਪੀਂਦੇ ਇੱਕ ਦੂਜੇ ਨੂੰ ਆਪਣੇ ਬਾਰੇ ਦੱਸਦੇ ਰਹੇ ਕਿੰਨਾ ਹੀ ਚਿਰ ਆਪਣੇ ਆਪਣੇ ਅਨੁਭਵ ਪ੍ਰਾਪਤੀਆਂ ਤੇ ਭਵਿੱਖ ਦੀਆਂ ਸਕੀਮਾਂ ਬਾਰੇ ਇੱਕ ਦੂਜੇ ਦੇ ਐਡਰੈਸ ਤੇ ਫੋਨ ਨੰਬਰ ਲੈ ਗਏ ਇਕ ਦੂਜੇ ਦੀ ਮਦਦ ਕਰਨ ਦੇ ਭਰੋਸੇ ਦਿਵਾਏ ਗਏ ਇਕ ਦੂਜੇ ਦੀਆਂ ਵਾਕਫਿਆਤਾਂ ਤੋਂ ਫਾਇਦੇ ਉਠਾਣ ਦੇ ਮਨਸੂਬੇ ਘੜੇ ਗਏ ਤੇ ਇਸ ਪਰਾਈ ਸ਼ਹਿਰ ਚ ਉਸ ਆਪਣੇ ਜਈ ਪਹਿਲੀ ਮੁਲਾਕਾਤ ਅਸੀਂ ਇੱਕ ਦੂਜੇ ਬਾਰੇ ਬਹੁਤ ਕੁਝ ਜਾਣ ਗਏ ਸ ਬਹੁਤ ਕੁਝ ਲੱਗਦਾ ਸੀ ਸਭ ਕੁਝ ਜਾਣ ਗਏ ਸਾਂ ਮੈਂ ਜਾਣ ਗਿਆ ਸਾਂ ਕਿ ਤੂੰ ਇਸ ਸ਼ਹਿਰ ਲਈ ਨਵੀਂ ਸੀ ਤੂੰ ਸ਼ਹਿਰ ਦੇ ਉਸ ਕੋਨੇ ਚ ਰਹਿੰਦੀ ਸੀ ਜੋ ਮੇਰੀ ਰਿਹائش ਤੇ ਬਿਲਕੁਲ ਉਲਟ ਸੀ ਯਾਨੀ ਜੇ ਮੈਂ ਪ੍ਰਾਂਚ ਹੁੰਦਾ ਤਾਂ ਕਹਿੰਦਾ ਕਿ ਤੂੰ ਨਾਲ ਦੇ ਸ਼ਹਿਰ ਤੋਂ ਵੀ ਅਗਲੇ ਸ਼ਹਿਰ 'ਚ ਰਹਿੰਦੀ। ਤੂੰ ਇਕੱਲੀ ਨਹੀਂ ਰਹਿੰਦੀ ਤੇਰੇ ਨਾਲ ਤੇਰਾ ਪਰਿਵਾਰ ਸੀ, ਤੂੰ ਸ਼ਾਦੀशुदा ਸੀ। ਫਿਲਮੀ ਦੁਨੀਆ ਬਾਰੇ ਤੇਰੀ ਚੰਗੀ ਨੌਲੇਜ ਸੀ ਤੇ ਨਜ਼ਰੀਆ ਵੀ ਚੰਗਾ ਸੀ। ਤੂੰ ਮੇਰੇ ਵਾਂਗ ਹਾਰੀ-ਹੰਬੀ ਤੇ ਨਿਰਾਸ਼ ਨਹੀਂ ਸੀ ਤੇ ਉਹਨਾਂ ਆਰਟਿਸਟਾਂ ਵਾਂਗ ਵੀ ਨਹੀਂ ਸੀ ਜੋ ਫਿਲਮੀ ਦੁਨੀਆ 'ਚ ਥਾਂ ਬਣਾਉਣ ਲਈ ਹਰ ਹਿੱਲਾ ਵੀ ਅਪਣਾਈ ਜਾਣਗੇ, ਤਰਲੋ ਮੱਛੀ ਵੀ ਹੋਈ ਜਾਣਗੇ ਤੇ ਇਹਨੂੰ ਕੋਸੀ ਵੀ ਜਾਣਗੇ। ਤੂੰ ਤਾਂ ਸਭ ਤੋਂ ਅਲੱਗ ਸੀ। ਸੁਭਾਤੋਂ ਤੂੰ ਬਹੁਤ ਮਿਹਨਤੀ ਸੀ ਮੈਂ ਤੈਨੂੰ ਜਦ ਵੀ ਜਿੱਥੇ ਵੀ ਬੁਲਾਉਂਦਾ ਕਿਸੇ ਵੀ ਆਫਿਸ ਜਾਣ ਲਈ ਕਿਸੇ ਨੂੰ ਵੀ ਮਿਲਣ ਲਈ ਤੂੰ ਬਿਨਾਂ ਘੋਲ ਕੀਤੇ ਆ ਜਾਂਦੀ ਲੋਕਲ ਟ੍ਰੇਨ ਰਹੀਂ ਲੋਕਲ ਬੱਸ ਰਹੀਂ ਮੈਂ ਲੋਕਲ ਟ੍ਰੇਨ 'ਚ ਸਫ਼ਰ ਕਰਦਿਆਂ ਤੇਰੇ ਬਾਰੇ ਸੋਚਦਾ ਕਿ ਤੂੰ ਕਿਵੇਂ ਇਹਨਾਂ ਲੋਕਲ ਸਟੇਸ਼ਨਾਂ ਦੀ ਭੀੜ 'ਚੋਂ ਗੁਜ਼ਰਦੀ ਹੋਵੇਂਗੀ ਕਿਵੇਂ ਸਾਹ ਸਾਹ ਹੋਈ ਭੀੜ ਵਿੱਚੋਂ ਰਾਹ ਬਣਾਦੀ ਹੋਈ ਟ੍ਰੇਨ ਦੇ ਲੇਡੀਜ਼ ਡੱਬੇ ਤੱਕ ਪਹੁੰਚਦੀ ਹੋਵੇਂਗੀ ਸਿਰਫ ਕੁਝ ਸੈਕਿੰਡ ਹੀ ਤਾਂ ਰੁਕਦੀ ਹੈ ਟ੍ਰੇਨ ਹਰ ਸਟੇਸ਼ਨ ਉੱਤੇ ਤੇ ਚੜਨ ਤੇ ਉਤਰਨ ਵਾਲੇ ਸੈਕਿੰਡਾਂ 'ਚ ਹਜ਼ਾਰਾਂ ਸੰਕੜੇ ਮੁਸਾਫਰ ਔਰਤਾਂ ਮਰਦ ਬੱਚੇ ਬੁੱਢੇ ਜਵਾਨ ਖੁਸਰੇ ਮੰਗਦੇ ਮੈਂ ਸਵਾਰੀਆਂ ਵੱਲ ਤੱਕਦਾ ਤੇ ਸੋਚਦਾ ਇਹਨਾਂ ਸਭਨਾਂ ਤੇ ਮੇਰੇ ਤੇਰੀ ਨਜ਼ਰ ਵੀ ਪੈਂਦੀ ਹੋएगी ਸਟੇਸ਼ਨ ਤੇ ਟ੍ਰੇਨਾਂ ਦੀ ਗੰਦਗੀ ਤੇ ਭੁੱਖਮਰੀ ਤੇ ਗਰੀਬੀ ਤੇ ਮੰਦਹਾਲੀ ਤੇ ਬਦਹਾਲੀ ਤੇ ਤੇ ਜਦੋਂ ਕੋਈ ਮੰਗਦਾ ਬੱਚਾ ਹਾਰਮੋਨੀਅਮ ਤੇ ਕੋਈ ਮੁਹੱਬਤ ਦਾ ਨਗਮਾ ਛੇੜਦਾ ਮੈਂ ਸੋਚਦਾ ਸ਼ਾਇਦ ਇਹ ਬੋਲ ਤੂੰ ਵੀ ਸੁਨੇ ਹੋ ਤੂੰ ਕੀ ਸੋਚਿਆ ਹੋਏਗਾ ਉਸ ਵੇਲੇ ਜਦ ਮੱਛੀਆਂ ਦੇ ਟੋਕਰੇ ਲਈ ਔਰਤਾਂ ਟ੍ਰੇਨ 'ਚ ਚੜ੍ਹਦੀਆਂ ਹੋਣਗੀਆਂ ਗੰਦੀ ਬਦਬੂ ਜਦ ਡੱਬੇ 'ਚ ਫੈਲੀ ਹੋਏਗੀ ਕਿਵੇਂ ਮਹਿਸੂਸ ਕੀਤਾ ਹੋਏਗਾ ਤੂੰ ਟ੍ਰੇਨ ਦੀ ਖਿੜਕੀ ਤੋਂ ਬਾਹਰ ਵੇਖਦੀ ਹੋਏਂਗੀ ਤੇ ਕੀ ਸੋਚਦੀ ਹੋਏਂਗੀ ਮੈਨੂੰ ਹਰ ਬੁਰੀ ਤੇ ਚੰਗੀ ਚੀਜ਼ ਵੇਖਦੀਆ ਤੇਰਾ ਖਿਆਲ ਆਉਂਦਾ ਸੀ ਧੰਨਵਾਦ ਚੱਲਦਾ